ਦੇਖੋ ਅੱਜ ਜਿਹੜੀ PCMS ਐਸੋਸੀਏਸ਼ਨ ਹੈ ਉਹਦੀ ਐਕਸਟੈਂਡਡ ਬਾਡੀ ਸਾਰੇ ਜਿਹੜੀ ਉਹਨਾਂ ਦੀ ਸਟੇਟ ਦੀ ਬਾਡੀ ਸੀ ਉਹ ਸਾਰੇ ਆਏ ਹੋਏ ਸੀਗੇ। ਬਹੁਤ ਅੱਛੇ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਹੋਈ ਹੈ। ਪਹਿਲਾਂ ਜਿਹੜੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਸਬ ਕਮੇਟੀ ਨੂੰ ਜ਼ਿੰਮੇਵਾਰੀ ਦਿੱਤੀ ਸੀ, ਉਹਨਾਂ ਦੇ ਨਾਲ ਵੀ ਬਹੁਤ ਅੱਛੀ ਮੀਟਿੰਗ ਹੋਈ ਸੀ ਔਰ ਸਾਡੀ ਬਹੁਤ ਸਾਰੇ ਗੱਲਾਂ ਦੇ ਉੱਤੇ ਜਿਹੜੀ ਸਾਡੀ ਆਪਸ ਦੇ ਵਿੱਚ ਸਾਰੀ ਸਹਿਮਤੀ ਹੈਗੀ ਹੈ, ਤਕਰੀਬਨ ਸਾਰਿਆਂ ਉੱਤੇ ਸਹਿਮਤੀ ਹੈ ਜੀ, ਜਿਹਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੀਆਂ ਨਾ ਜੀ, ਚਾਹੇ ਸਿਕਿਉਰਟੀ ਬਾਰੇ ਆ ਉਹ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੋਏਗੀ, ਉਹ ਕਹਿੰਦੇ ਵੀ ਅਸੀਂ ਸੈਟਿਸਫਾਈਡ ਆ, ਪੰਜਾਬ ਗਵਰਨਮੈਂਟ ਬਹੁਤ ਅੱਛੇ ਤਰੀਕੇ ਦੇ ਨਾਲ ਹੈਂਡਲ ਕਰ ਰਹੀ ਹੈ ਇਹਨੂੰ। ਚਾਹੇ ਗੱਲ ਕਰੀਏ ਆਪਾਂ ਡਾਕਟਰਾਂ ਦੀ ਰਿਕਰੂਟਮੈਂਟ ਦੀ, ਉਹ ਪ੍ਰੋਸੈਸ ਸ਼ੁਰੂ ਹੋ ਰਹੀ ਹੈ। ਤੇ ਦੂਜਾ ਜਿਹੜੀ ਪਿਛਲੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਇਹਨਾਂ ਦੀ ਜਿਹੜੀ ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰਮੋਸ਼ਨ ਸੀ ਜਿਹਨੂੰ ਇਹ ਮਤਲਬ ਆਪਾਂ ACB ਵੀ ਕਹਿ ਦਿੰਦੇ ਹਾਂ, ਉਹ ਉਹਨਾਂ ਨੇ ਹੋਲਡ ਕਰਤੀ ਸੀ। ਉਹਨਾਂ ਨੇ ਬਹੁਤ ਸਾਰਾ ਖਲਾਰਾ ਪਾ ਕੇ ਇਹਨਾਂ ਦੀ ਵੀ ਹੋਲਡ ਕਰਤੀ, ਬਾਕੀ ਵੀ ਬਹੁਤ ਸਾਰੇ ਇੰਪਲਾਈਜ਼ ਦੀ ਉਹਨਾਂ ਨੇ, ਔਰ ਜਿਹੜਾ ਇੰਸ਼ੋਰੈਂਸ ਵਾਲਾ ਸੀਗਾ ਉਹ ਵੀ ਉਹਨਾਂ ਨੇ ਜਿਹੜਾ ਇੰਸ਼ੋਰੈਂਸ ਕੰਪਨੀ ਸੀ ਉਹਨੂੰ ਉਹਨਾਂ ਨੇ ਯੂਨੀਲੇਟਰਲੀ ਜਿਹੜਾ ਸੀਗਾ ਉਹਨੂੰ ਡਿਸਮਿਸ ਕਰਕੇ ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਪੇਮੈਂਟ ਬੰਦ ਹੋ ਗਈ, ਸਾਰੇ ਜਿੰਨੇ ਨਰਸਿੰਗ ਹੋਮ ਸੀ ਜਿਹੜੇ IMA ਦੇ ਡਾਕਟਰਸ ਆ, ਜਿੰਨੇ ਵੀ ਆਪਣੇ ਹੋਸਪਿਟਲ ਆ ਇਨਕਲੂਡਿੰਗ PGI ਐਂਡ Sector 32 ਜਾਂ ਸਾਡੇ ਆਪਣੇ ਮੈਡੀਕਲ ਕਾਲਜ, ਉਹਨਾਂ ਦੀ ਪੇਮੈਂਟ ਬੰਦ ਹੋ ਗਈ, ਉਹ ਹਸਪਤਾਲ ਵੀ ਪੈਰਾਲਾਈਜ਼ ਹੋਏ, ਲੋਕਾਂ ਨੂੰ ਵੀ ਨੁਕਸਾਨ ਹੋਇਆ। ਸੋ ਜਿਹੜੀ ਭਗਵੰਤ ਮਾਨ ਗੌਰਮੈਂਟ ਹੈ ਇਹ ਕਹਿੰਦੇ ਵੀ ਹਮੇਸ਼ਾ ਪਹਿਲਾਂ ਸਟੇਕ ਹੋਲਡਰ ਨਾਲ ਗੱਲ ਕਰੋ, ਪਹਿਲਾਂ ਕੈਬਨਿਟ ਸਬ ਕਮੇਟੀ ਨਾਲ ਗੱਲ ਕੀਤੀ, ਅੱਜ ਅਸੀਂ ਇਹਨਾਂ ਦੀ ਮੇਰੇ ਨਾਲ ਸਾਰੀ ਦੁਬਾਰਾ ਮੀਟਿੰਗ ਹੋਈ ਹੈ, ਐਕਸਟੈਂਡਡ ਬਾਡੀ ਦੀ ਹੋਈ ਹੈ। ਜਿਹੜੇ ਇਹਨਾਂ ਦੇ ਕੰਸਰਨ ਹੈ ਉਹ ਕੈਬਨਿਟ ਸਬ ਕਮੇਟੀ ਨੇ ਵੀ ਕਿਹਾ ਸੀਗਾ ਜੈਨੂਨ ਹੈਗੇ ਆ ਜੀ, ਤੇ ਅਸੀਂ ਜਿਹੜੀ ਉਹ ਹੋਲਡ ਕੀਤੀ ਹੋਈ ਹੈ ਓਰਿਜਿਨਲ ਫਾਰਮ ਦੇ ਵਿੱਚ ਉਹਨੂੰ ਅਸੀਂ ਜਿਹੜਾ ਹੈਗਾ ਦੁਬਾਰਾ ਤੋਂ ਇੰਪਲੀਮੈਂਟ ਕਰਾਂਗੇ, ਔਰ ਇਹ ਸੈਟਿਸਫਾਈਡ ਹੈਗੇ ਆ, ਇਹਨਾਂ ਨੇ ਆਪਣੀ ਸਟ੍ਰਾਈਕ ਅੱਜ ਵਾਪਸ ਲੈ ਲਈ ਹੈ। ਔਰ ਇਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਸੋਮਵਾਰ ਤੋਂ ਅਸੀਂ ਅਗਲੇ ਹਫ਼ਤੇ ਸ਼ੁਰੂ ਕਰਾਂਗੇ, ਅਸੀਂ ਹੁਣ ਦੋ ਘੰਟੇ ਐਕਸਟਰਾ ਟਾਈਮ ਲਾ ਕੇ ਤਾਂ ਕਿ ਲੋਕਾਂ ਨੂੰ ਜਿਹੜੀ ਦਿੱਕਤ ਹੋਈ ਹੈ, ਇਨਕਨਵੀਨੀਅੰਸ ਹੋਈ ਹੈ, ਉਹਨਾਂ ਨੂੰ ਬਿਹਤਰ ਸਹੂਲਤਾਂ ਦੇਵਾਂਗੇ। ਔਰ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਕੈਰੀਅਰ ਜਿਹੜਾ ਹੈਗਾ ਉਹਦੇ ਵਾਸਤੇ ਸਾਡੀ ਡਿਸਕਸ਼ਨ ਹੋਈ ਹੈ, ਅਸੀਂ ਹੋਰ ਵੀ ਬਹੁਤ ਕੁਝ ਕਰਨ ਜਾ ਰਹੇ ਹਾਂ, ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਨਾਂ ਵਾਸਤੇ, ਇਹਨਾਂ ਦੀ ਟ੍ਰੇਨਿੰਗ ਵਾਸਤੇ, ਜਿੱਦਾਂ ਇਹ ਕਹਿਣਗੇ ਸਾਨੂੰ ਪ੍ਰਪੋਜ਼ਲਸ ਦੇਣਗੇ ਉਹ ਵੀ ਸਾਰਾ ਸ਼ੁਰੂ ਕਰਨ ਜਾ ਰਹੇ ਹਾਂ। ਸੋ ਮੈਂ ਇਸ ਮੌਕੇ ਤੇ ਜਿਹੜੇ ਬਾਕੀ ਦੇ ਸਾਡੇ ਹੈਗੇ ਆ, ਚਾਹੇ ਸਾਡੇ CHOs ਹੈ ਜਾਂ ਸਾਡੇ ਜਿਹੜੇ ਦੂਜੇ ਨਰਸਿਸ ਹੈ, ANM ਹੈ, ਮਲਟੀਪਰਪਸ ਹੈਲਥ ਮੇਲ ਹੈ ਚਾਹੇ ਫੀਮੇਲ ਹੈ, ਜਿੰਨੇ ਵੀ ਸਾਡੇ ਵਿੰਗ ਹੈ, ਪੈਰਾਮੈਡਿਕਸ ਹੈ, ਉਹਨਾਂ ਸਾਰਿਆਂ ਦੀ ਵੀ ਰਿਕਰੂਟਮੈਂਟ ਕੁਛ ਹੋ ਗਈ ਹੈ, ਕੁਛ ਚੱਲਦੀ ਪਈ ਹੈ, ਕੁਛ ਅਸੀਂ ਜਿਹੜੇ ਹੈਗੇ ਆ 263 ਨੂੰ ਅਸੀਂ ਸਰਟੀਫਿਕੇਟ ਵੀ ਦੇ, ਉਹਨਾਂ ਦੇ ਅਪਾਇੰਟਮੈਂਟ ਲੈਟਰ ਵੀ ਦੇ ਚੁੱਕੇ ਹਾਂ, ਉਹ ਸਾਰਿਆਂ ਦਾ ਵੀ ਅਸੀਂ ਕਰਾਂਗੇ ਫੇਸਡ ਮੈਨਰ ਦੇ ਵਿੱਚ, ਸਾਰਿਆਂ ਦਾ ਕਰਾਂਗੇ। ਮੈਂ ਸਾਰਿਆਂ ਨੂੰ ਕਹਿੰਦਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ 3 ਕਰੋੜ ਲੋਕ ਹੈ, 3.5 ਕਰੋੜ ਲੋਕ ਹੈ, ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਵਧੀਆ ਮਿਆਰੀ ਸਿਹਤ ਸਹੂਲਤਾਂ ਦੇਈਏ, ਇਹਨਾਂ ਨੇ ਐਕਨੋਲਜ ਕੀਤਾ ਕਿ ਸਾਡੇ ਕੋਲ ਪਹਿਲੀ ਵਾਰੀ ਦਵਾਈਆਂ ਆਈਆਂ ਸਾਰੀਆਂ, ਸਾਡੇ ਕੋਲ ਡਾਕਟਰਾਂ ਕੋਲ ਹੁਣ ਸਾਡਾ ਕੋਈ ਹੈਂਡੀਕੈਪ ਨਹੀਂ ਹੈ, ਐਕਸਰੇ ਅਲਟਰਾਸਾਊਂਡ ਦੀਆਂ ਮਸ਼ੀਨਾਂ ਆਈਆਂ, ਗੌਰਮੈਂਟ ਵਧੀਆ ਕੰਮ ਕਰ ਰਹੀ ਹੈ, ਆਮ ਆਦਮੀ ਕਲੀਨਿਕ 'ਚ ਬਹੁਤ ਅੱਛਾ ਕੰਮ ਹੋ ਰਿਹਾ। ਸੋ ਉਹਨੂੰ ਆਪਾਂ ਸਾਰੇ ਜਣੇ ਕੰਟਰੀਬਿਊਟ ਕਰਕੇ ਆਪਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਕਿਵੇਂ ਦੇਣੀਆਂ, ਅਸੀਂ ਚਾਹੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਹ ਪਿਛਲੇ ਹਫ਼ਤੇ 10 ਦਿਨ ਤੋਂ ਜਿਵੇਂ ਡੇਂਗੂ ਦੇ ਕੇਸਿਸ ਹੈ, ਇਹਦੇ ਵਿੱਚ ਇੱਕ ਥੋੜ੍ਹਾ ਜਿਹਾ ਪਹਿਲਾਂ ਬਹੁਤ ਅੱਛਾ ਸਾਡਾ ਕੰਟਰੋਲ ਚੱਲ ਰਿਹਾ ਸੀਗਾ, ਥੋੜ੍ਹੇ ਜਿਹੇ ਕੇਸ ਵਧੇ ਆ, ਉਹ ਵੀ ਇਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਉਹਦੇ 'ਤੇ ਵੀ ਮਿਹਨਤ ਕਰਾਂਗੇ, ਚਾਹੇ ਸਵਾਈਨ ਫਲੂ ਨੇ ਦਸਤਕ ਦਿੱਤੀ ਹੈ, ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਜੀ, ਗੌਰਮੈਂਟ ਪ੍ਰਪੇਅਰਡ ਹੈ, ਡਾਕਟਰ ਸਾਰੇ, ਸਾਰਾ ਸਟਾਫ ਸਾਡੇ ਕੋਲ, ਦਵਾਈਆਂ ਸਾਰਾ ਕੁਝ ਸਾਡੇ ਕੋਲ, ਬੈੱਡਸ ਵਗੈਰਾ ਅਸੀਂ ਅਰੇਂਜ ਕੀਤੇ ਹੋਏ ਆ, ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ, ਬਟ ਅਸੀਂ ਲੋਕਾਂ ਤੋਂ ਵੀ ਕੋਆਪਰੇਸ਼ਨ ਚਾਹੁੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਬੜੀਆਂ ਛੋਟੀਆਂ ਗੱਲਾਂ ਜੀ, ਤੁਸੀਂ ਪਾਣੀ ਦਾ ਕੋਈ ਕੰਟੇਨਰ ਰੱਖਿਆ ਹੋਇਆ, ਪੰਛੀਆਂ ਲਈ ਕੋਈ ਕਟੋਰਾ ਰੱਖਿਆ ਹੋਇਆ, ਤੁਹਾਡੇ ਘਰ 'ਚ ਜਿਹੜਾ ਠੰਡੀ ਹਵਾ ਵਾਲਾ ਕੂਲਰ ਲੱਗਿਆ ਹੋਇਆ ਉਹਦਾ ਪਾਣੀ ਹਫ਼ਤੇ 'ਚ ਹਰ ਸ਼ੁੱਕਰਵਾਰ ਨੂੰ ਉਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਕਾ ਦਿਓ, ਫਿਰ ਦੁਬਾਰਾ ਭਰ ਦਿਓ, ਠੀਕ ਹੈ ਜੀ, ਚਾਹੇ ਤੁਹਾਡੇ ਫਰਿੱਜ ਦੇ ਵਿੱਚ ਨੀਚੇ ਟਰੇ ਆ। ਸੋ ਇਹ ਛੋਟੀਆਂ ਗੱਲਾਂ ਹੈਗੀਆਂ, ਜਿਹੜੇ ਬੰਦੇ ਕੋਈ ਜਿਹੜੇ ਸ਼ੂਗਰ ਦੇ ਮਰੀਜ਼ ਆ,
ਬਲੱਡ ਪ੍ਰੈਸ਼ਰ ਦੇ ਮਰੀਜ਼ ਹੈ ਉਹ, ਔਰ ਜਿਹੜੇ ਕਿਸੇ ਨੂੰ ਕੈਂਸਰ ਹੈ, ਕੋਈ ਦਵਾਈ ਲੈ ਰਿਹਾ, ਕਿਸੇ ਦੇ ਗੁਰਦੇ ਬਦਲੇ ਹੋਏ ਆ, ਗੁਰਦੇ ਫੇਲ ਹੋਏ ਹੋਏ ਆ, ਇਹਨਾਂ ਨੂੰ ਅਸੀਂ ਇਮਿਊਨ ਕੰਪਰੋਮਾਈਜ਼ ਕਹਿੰਦੇ ਹਾਂ। ਜਿਹੜੇ ਇਸ ਤਰ੍ਹਾਂ ਦੇ ਆ, ਕੋਈ ਪ੍ਰੈਗਨੈਂਟ ਲੇਡੀਜ਼ ਹੈ, ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਅੱਗੇ ਜਿਵੇਂ ਜਿਵੇਂ ਅੱਗੇ ਸਰਦੀ ਆਉਣੀ ਹੈ ਨਾ ਜੀ, ਉਹ ਜਿਹੜਾ ਭੀੜ ਭੜੱਕੇ ਦੇ ਇਲਾਕੇ 'ਚ ਨਾ ਜਾਓ, ਜੇ ਜਾਣਾ ਤਾਂ ਮੂੰਹ 'ਤੇ ਕੱਪੜਾ ਰੱਖ ਲਓ, ਢੱਕ ਲਓ ਉਹਨੂੰ, ਮੰਨ ਲਓ ਨਾ ਜੀ, ਜਿਹੜੀਆਂ ਕਿ ਹਵਾ ਦੇ ਸਾਹ ਨਾਲ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਬਚਣ ਲਈ ਇਹ ਪਰਮਾਨੈਂਟ ਪ੍ਰੀਕੋਸ਼ਨ ਹੈ ਜੀ। ਹਾਂਜੀ ਬਿਲਕੁਲ, ਸਾਡੇ ਜਿਹੜਾ 400 ਡਾਕਟਰਾਂ ਦੀ, ਸਟਾਫ ਨਰਸਿਸ ਦੀ ਭਰਤੀ ਹੋਣੀ ਸੀ ਜੀ, ਉਹਦੇ ਚ ਟੈਕਨੀਕਲ ਗਲਿਚ ਆ ਗਿਆ ਸੀਗਾ। ਉਹਨਾਂ ਨੂੰ ਵੀ ਮੈਂ ਕੁੜੀਆਂ ਨੂੰ ਕਹਿੰਦਾ ਧਰਨਾ ਨਾ ਲਾਓ, ਅਸੀਂ ਕੋਈ ਕੈਂਸਲ ਨਹੀਂ ਕੀਤਾ, ਉਹਦੇ ਚ ਟੈਕਨੀਕਲ ਗਲਿਚ ਹੋ ਗਿਆ, ਕੱਲ ਨੂੰ ਕੋਈ ਪੇਪਰ ਲੀਕ ਹੋ ਜਾਵੇ ਜਿਵੇਂ ਬਾਕੀ ਸਟੇਟਸ ਹੁੰਦਾ, ਸਾਡਾ ਟੱਚਵੁੱਡ ਅਜੇ ਤੱਕ ਰਿਕਾਰਡ ਬਹੁਤ ਅੱਛਾ, ਭਗਵੰਤ ਮਾਨ ਗਵਰਨਮੈਂਟ ਦੇ ਵਿੱਚ ਪੇਪਰ ਲੀਕ ਨਹੀਂ ਹੋਇਆ ਅੱਜ ਤੱਕ, ਅਸੀਂ ਉਹਦੀਆਂ ਸਾਰੀਆਂ ਪ੍ਰੀਕੋਸ਼ਨ ਲੈ ਕੇ, ਕੋਈ ਗੱਲ ਨਹੀਂ, ਹਫ਼ਤੇ ਦਸ ਦਿਨ ਦਾ ਫਰਕ ਨਹੀਂ ਪੈਂਦਾ ਉਹਦੇ ਸਾਰਾ, ਤਾਂ ਕਿ ਕੋਈ ਲੀਗਲ ਉਹਨਾਂ ਨੂੰ ਹੈਸਲ ਨਾ ਆ ਜਾਵੇ, ਫਿਰ ਲੰਬਾ ਲੜਕ ਜਾਂਦਾ ਕਈ ਵਾਰੀ। ਇਸ ਕਰਕੇ ਅਸੀਂ ਉਹਨਾਂ ਦੇ ਟੈਸਟ ਹੋਣਗੇ ਜੀ, ਹੁਣ ਉਹ ਸਾਰਾ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਆ, ਉਹਨਾਂ ਨੇ ਸਾਰੀ ਜਿਹੜੀ ਹੈਗੀ ਉਹਨਾਂ ਨੇ ਸਾਰਾ ਅਰੇਂਜਮੈਂਟ ਕਰ ਲਿਆ ਹੋਇਆ। ਨਰਸਿਸ ਦੀ ਭਰਤੀ ਹੋ ਰਹੀ ਹੈ ਜੀ, ਡਾਕਟਰਸ ਦੀ ਹੋ ਰਹੀ ਹੈ, 400 ਦੀ ਹੋ ਰਹੀ ਹੈ, 1390 ਦੀ ਹੋਰ ਮਨਜ਼ੂਰੀ ਦੇ ਦਿੱਤੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ। ਜਿਹੜੇ ਮਲਟੀਪਰਪਜ਼ ਹੈਲਥ ਵਰਕਰ ਮੇਲ ਹੈ, ਉਹਨਾਂ ਦੀ ਜਿਹੜੇ ਜਿੰਨੇ ਵੀ ਸਾਰੇ ਪੈਰਾਮੈਡਿਕ ਹੈ, ਉਹਨਾਂ ਦੀ ਹੋਰ ਜਿੰਨੀਆਂ ਪੋਸਟਾਂ ਖਾਲੀ ਆ, ਉਹ ਸਾਰਾ ਅਸੀਂ ਕਰਕੇ ਸਿਸਟਮੈਟਿਕਲੀ ਹੌਲੀ ਹੌਲੀ ਕਰ ਰਹੇ ਹਾਂ, ਇਹ ਸਾਰੀਆਂ ਅਸੀਂ ਪੋਸਟਾਂ ਭਰਾਂਗੇ। ਦੋ ਬੰਦੇ ਬੋਲਦੇ ਹਾਂ, ਜਿਹੜਾ ਸਿਕਿਉਰਿਟੀ ਦਾ ਹੈਗਾ ਜੀ, ਉਹਦੇ 'ਚ ਦੋ ਤਿੰਨ ਚਾਰ ਆਸਪੈਕਟ ਹੈਗੇ ਉਹਦੇ 'ਚ। ਇੱਕ ਤਾਂ ਸੀਗਾ CCTV ਕੈਮਰੇ ਦਾ, ਉਹਦਾ ਬਜਟ ਆ ਗਿਆ, ਉਹ ਲੱਗਣੇ ਸ਼ੁਰੂ ਹੋ ਗਏ ਆ। ਜਿਹੜਾ ਲਾਈਟਾਂ ਦਾ ਸੀਗਾ, ਜਿੱਥੇ ਕਿਤੇ ਡਾਰਕ ਸਪੋਟ ਹੈ ਉਹਦਾ ਹੋ ਗਿਆ, ਉਹ ਵੀ ਕੰਮ ਚੱਲਦਾ ਪਿਆ ਜੀ। ਜਿਹੜੇ ਸੁਰੱਖਿਆ ਗਾਰਡਸ ਹੈ, ਉਹ ਅਸੀਂ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਕਿਹਾ ਸੀ ਐਸੋਸੀਏਸ਼ਨ ਨੇ, ਉਸ ਤਰ੍ਹਾਂ ਅਸੀਂ ਵਰਕਆਊਟ ਕਰਕੇ ਜ਼ਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹੋਸਪਿਟਲ, ਜਿੰਨੀ ਸਾਡੀ ਰਿਕੁਆਇਰਮੈਂਟ ਹੈ, ਉਹਦੇ 'ਚ ਕੋਈ ਸਾਡੇ 'ਤੇ ਲਿਮਿਟ ਨਹੀਂ ਹੈ ਜੀ। ਜਿੰਨੀ ਸਾਨੂੰ ਲੋੜ ਹੋਏਗੀ ਅਸੀਂ ਰੱਖਾਂਗੇ, ਬਟ ਇਹਦੇ ਨਾਲ ਅਸੀਂ ਇਸ ਤੋਂ ਸਿਵਾਏ ਵੀ ਜਿਹੜੇ ਹੁੰਦੇ ਆ ਨਾ, ਕੁਝ ਕੌਨਫੀਡੈਂਸ ਬਿਲਡਿੰਗ ਮੇਜਰਸ ਹੁੰਦੀਆਂ, ਅਸੀਂ ਉਹਨਾਂ ਦੇ ਨਾਲ ਡਿਸਕਸ ਕੀਤੀਆਂ ਹੈਗੀਆਂ ਜੀ। ਅਤੇ ਇੱਕ ਨਾ ਸਾਨੂੰ ਜੋ ਸਾਡੇ ਗੁਰੂਆਂ ਪੀਰਾਂ ਨੇ, ਜੋ ਸਾਨੂੰ ਫਕੀਰਾਂ ਨੇ ਸਿਖਾਇਆ, ਉਹ ਕਹਿੰਦੇ ਹੁੰਦੇ ਆ ਵੀ ਅੱਗੇ ਪੈਰ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਜੀ। ਜੇ ਕੋਈ ਬੰਦਾ ਤੁਹਾਡੇ ਕੋਲ ਆ ਗਿਆ, ਕੋਈ ਅੜਬ ਬੰਦਾ ਆ ਗਿਆ ਜੀ, ਕੋਈ ਨਸ਼ੇੜੀ ਬੰਦਾ ਆ ਗਿਆ ਜੀ, ਕੋਈ ਮਾੜਾ ਐਲੀਮੈਂਟ ਆ ਗਿਆ, ਉਹਨੂੰ ਕਹੋ ਵੀਰ ਜੀ ਦੱਸੋ ਕੀ ਹੁਕਮ ਕਰੋ ਜੀ, ਕੀ ਉਹਨੂੰ ਇੰਗੇਜ ਕਰ ਲਓ ਤੁਸੀਂ, ਮੰਨ ਲਓ ਨਾ ਜੀ। ਅਤੇ ਅਸੀਂ ਇਹਨਾਂ ਦੇ ਜਿਹੜਾ ਹੈਗਾ, ਜਿੰਨੇ ਸਾਡੇ ਇੱਕ ਜ਼ਿਲ੍ਹਾ, ਜਿਹੜੇ ਡਿਸਟ੍ਰਿਕਟ ਹੈਲਥ ਬੋਰਡ ਹੈ ਜੀ, ਜ਼ਿਲ੍ਹਾ ਸਿਹਤ ਬੋਰਡ ਬਣਾ ਤੇ, ਜਿਹਦੇ ਵਿੱਚ ਡਿਪਟੀ ਕਮਿਸ਼ਨਰ ਚੇਅਰਪਰਸਨ ਹੈ ਜੀ, ਉਹਦੇ 'ਚ SSP ਵੀ ਆ, ਉਹਦੇ 'ਚ ਸਿਵਲ ਸਰਜਨ ਵੀ ਆ, ਇਸੇ ਤਰ੍ਹਾਂ ਲੋਅਰ ਲੈਵਲ 'ਤੇ DSP ਅਤੇ SMO, ਔਰ ਜਿਹੜਾ ਸਾਡਾ ਐਮਰਜੈਂਸੀ ਹੈ, ਜਿਹੜੀ ਜ਼ਿਆਦਾ ਕੌਨਫਲਿਕਟ ਐਮਰਜੈਂਸੀ ਅਤੇ MCH ਵਿੱਚ ਹੁੰਦੇ ਆ, ਉੱਥੇ ਨੰਬਰ ਲਿਖ ਕੇ ਲਗਾ ਦਿੱਤੇ ਜੀ ਸਾਰੇ। ਤੁਸੀਂ ਪੁਲਿਸ ਨੂੰ ਫੋਨ ਕਰੋਗੇ, 5 ਮਿੰਟ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਹੋਏਗੀ। ਤੁਸੀਂ, ਤੁਹਾਨੂੰ ਕੋਈ ਜਿਹੜਾ ਬੰਦਾ ਕੋਈ ਰੱਕਸ ਕ੍ਰੀਏਟ ਕਰ ਰਿਹਾ, ਗਾਲਾਂ ਕੱਢ ਰਿਹਾ, ਕੋਈ ਗੱਲ ਨਹੀਂ, ਉਹਨੂੰ 5 ਮਿੰਟ ਕੱਢ ਲੈਣ ਦੇ ਜੀ ਸਾਰਾ, ਤੁਸੀਂ ਉੱਥੇ ਫੋਨ ਕਰਨਾ। ਇੱਕ ਨਾਲ ਦੂਜੀ ਗੱਲ ਜਿਹੜੀ ਉਸ ਤੋਂ ਵੀ ਇੰਪੋਰਟੈਂਟ ਆ, ਮੈਂ ਕਹਿਣੀ ਚਾਹੁੰਦਾ ਵੀ ਸਾਡੇ ਵਾਸਤੇ, ਸਾਡੇ ਹਸਪਤਾਲਾਂ ਵਿੱਚ ਨਾ ਤਾਂ ਉੱਥੇ ਹੈਲਥ ਮਿਨਿਸਟਰ VIP ਹੈ ਜੀ, ਨਾ ਸਾਡਾ ਕੋਈ ਸੈਕਟਰੀ ਜਾਂ ਕੋਈ ਹੋਰ VIP ਹੈ, ਨਾ ਡਾਕਟਰ ਵੀ VIP ਨੇ ਉੱਥੇ ਜੀ। ਸਾਡੇ ਵਾਸਤੇ VIP ਪੇਸ਼ੈਂਟ ਹੈ, ਜਿਹੜੇ ਹਸਪਤਾਲ 'ਚ ਪੇਸ਼ੈਂਟ ਹੈ ਉਹੀ ਸੁਪਰਹਿੱਟ ਹੈ ਜੀ। ਸਾਡੇ ਕੋਲ ਗਰੀਬ ਬੰਦੇ ਆਉਂਦੇ ਆ, ਉਹਨਾਂ ਵਾਸਤੇ ਵੀ ਜਿਹੜਾ ਸਾਡਾ ਡਿਸਟ੍ਰਿਕਟ ਹੈਲਥ ਬੋਰਡ, ਉਹਨਾਂ ਨੂੰ ਕੋਈ ਤਕਲੀਫ ਹੈ, ਕਿਸੇ ਡਾਕਟਰ ਉਹਨਾਂ ਨਾਲ ਰੂਡਲੀ ਬਿਹੇਵ ਕੀਤਾ, ਦਵਾਈ ਨਹੀਂ ਦਿੱਤੀ, ਉਹਨਾਂ ਨੂੰ ਉਹ ਸੈਟਿਸਫਾਈਡ ਨਹੀਂ ਆ ਵੀ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਸਾਡੇ ਬੰਦੇ ਨਾਲ ਇਨਸਾਫ ਨਹੀਂ ਹੋਇਆ, ਉਹਨੂੰ ਸਹੀ ਇਲਾਜ ਨਹੀਂ ਹੋਇਆ ਉਹਦਾ, ਉਹ ਵੀ ਸ਼ਿਕਾਇਤ ਕਰ ਸਕਦੇ, ਉਹਦੀ ਵੀ ਅਸੀਂ ਇੰਪਾਰਸ਼ਲ ਇਨਕੁਆਇਰੀ ਕਰਾਵਾਂਗੇ ਜੀ, ਚਾਹੇ ਸਾਨੂੰ ਦੂਜੇ ਜ਼ਿਲ੍ਹੇ ਦੇ ਡਾਕਟਰ ਲਾ ਕੇ ਕਰਾਉਣੀ ਪਏਗੀ। ਮਰੀਜ਼ ਸਾਡੇ ਲਈ ਪਹਿਲਾਂ, ਬਟ ਹਾਂ, ਕਿਸੇ ਨੂੰ ਵੀ, ਕਿਸੇ ਬੰਦੇ ਨੂੰ ਵੀ ਜਿਹੜਾ ਵੱਡਾ ਮਰਜ਼ੀ ਹੋਵੇ, ਉਹਨੂੰ ਵਾਇਲੈਂਸ ਕਰਨ ਦੀ, ਡਾਕਟਰਾਂ ਨਾਲ ਬਦਤਮੀਜ਼ੀ ਕਰਨ ਦੀ ਇਜਾਜ਼ਤ ਨਹੀਂ ਹੈ, ਬਟ ਉਹਨਾਂ ਦੇ ਹੱਕਾਂ ਵਾਸਤੇ ਅਸੀਂ ਸੁਚੇਤ ਹੈ, ਅਸੀਂ ਉਹਨਾਂ ਦਾ ਵੀ ਉਨਾ ਹੀ ਧਿਆਨ ਰੱਖਾਂਗੇ। ਪਹਿਲਾਂ ਉਹਨਾਂ ਦੇ ਮਰੀਜ਼ਾਂ ਦਾ ਧਿਆਨ ਰੱਖਾਂਗੇ, ਅਸੀਂ ਆਪਣੀਆਂ ਲੇਡੀਜ਼ ਦਾ ਧਿਆਨ ਪਹਿਲਾਂ ਰੱਖਾਂਗੇ। ਕਿਸੇ ਬੰਦੇ ਨੇ ਵੀ ਵਾਇਲੈਂਸ ਤਾਂ ਦੂਰ ਦੀ ਗੱਲ ਹੈ, ਕਿਸੇ ਲੇਡੀ ਨਾਲ ਬਦਤਮੀਜ਼ੀ ਵੀ ਨਹੀਂ ਕਰਨੀ, ਚਾਹੇ ਉਹ ਡਾਕਟਰ ਹੋਵੇ, ਪੈਰਾਮੈਡਿਕ ਹੋਵੇ,
ਮੈਂ ਤਾਂ ਕਹੂੰਗਾ ਸਮਾਜ ਦੀ ਕੋਈ ਔਰਤ ਵੀ ਹੋਵੇ, ਕਿਤੇ ਬਾਹਰ ਵੀ ਹੋਵੇ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ, ਦੇਖੋ ਉਹਦੇ ਵਿੱਚ ਮੈਂ ਕਹਿੰਦਾ ਜੀ ਅਸੀਂ 12 ਹਫ਼ਤੇ ਵੀ ਕਿਉਂ ਲਾਉਣੇ, ਅਸੀਂ ਪ੍ਰੋਸੈਸ ਸ਼ੁਰੂ ਕਰਤੀ ਇਸ ਹਫ਼ਤੇ ਜੀ, ਠੀਕ ਹੈ ਜੀ, ਜਿਹੜਾ ਕੰਮ ਕਰਨਾ ਉਹ ਕਰਨਾ, ਠੀਕ ਹੈ ਜੀ। ਸੋ ਉਹ ਤਾਂ ਜਿਹੜੀ ਇਹਨਾਂ ਦੀ ਪ੍ਰਮੋਸ਼ਨਸ ਰੁਕੀਆਂ ਹੋਈਆਂ ਨੇ ਪਿਛਲੇ ਕਾਫੀ ਸਮਾਂ ਤੋਂ ਪਿਛਲੀ ਸਰਕਾਰ ਦੇ ਵਿੱਚ, ਉਹ ਪ੍ਰੋਸੈਸ ਕਿਸ ਤਰ੍ਹਾਂ ਦੁਬਾਰਾ ਸ਼ੁਰੂ? ਨਹੀਂ ਪ੍ਰੋਸੈਸ ਤਾਂ ਉਹ ਤਾਂ ਆਲਰੇਡੀ ਜਦੋਂ ਮੈਂ ਆਇਆ ਸੀ ਨਾ ਜੀ, ਜਿਵੇਂ SMOs ਦੀਆਂ ਸਿਵਲ ਸਰਵਿਸ ਦੀਆਂ ਬਹੁਤ ਕੀਤੀਆਂ, ਔਰ ਇੱਥੇ ਤੱਕ ਨੌਬਤ ਪਹੁੰਚੀ ਹੋਈ ਆ ਕਿ ਅਗਲਿਆਂ ਨੂੰ ਕਿਸੇ ਨੂੰ ਮਹੀਨਾ ਮਿਲਦਾ ਸਿਵਲ ਸਰਵਿਸ ਦਾ, ਕਿਸੇ ਨੂੰ 2 ਮਹੀਨੇ, ਫਿਰ ਉਹ ਪਲਾਨ ਕਰਕੇ ਕੰਮ ਨਹੀਂ ਕਰ ਸਕਦਾ, ਆਪਣੀ ਵਿਜ਼ਨ ਦੇ ਨਾਲ ਕੋਈ ਅੱਗੇ ਕੁਛ ਕਰਕੇ ਨਹੀਂ ਦਿਖਾ ਸਕਦਾ। ਸੋ ਅਸੀਂ ਜਿਹੜੇ ਡਾਇਰੈਕਟਰ ਲਾਏ ਆ ਹੁਣ, ਇਹਨਾਂ ਕੋਲ ਅਸੀਂ ਮੇਰੀ ਕੋਸ਼ਿਸ਼ ਹੈ ਵੀ ਘੱਟੋ ਘੱਟ ਬੰਦੇ ਕੋਲ 2 ਸਾਲ ਦਾ ਟਾਈਮ ਹੋਵੇ, ਅਤੇ 6 ਮਹੀਨੇ ਉਹ ਜਿਹੜਾ ਐਗਜ਼ਿਸਟਿੰਗ ਡਾਇਰੈਕਟਰ ਉਹਦੇ ਨਾਲ ਕੰਮ ਕਰੇ, ਉਹਨੇ ਸਿੱਖਿਆ ਹੋਵੇ ਸਾਰਾ ਜੀ, ਮਤਲਬ 6 ਮਹੀਨੇ ਤਾਂ ਮੈਨੂੰ ਪਤਾ, ਮੈਨੂੰ ਲੱਗ ਗਿਆ ਜੀ, ਮਤਲਬ ਹਾਲਾਂਕਿ ਮੈਂ ਡਾਕਟਰ ਸੀ, ਮੈਨੂੰ ਹੈਲਥ ਮਿਨਿਸਟਰ ਤੋਂ ਬਾਅਦ ਮੈਨੂੰ 6 ਮਹੀਨੇ ਸਾਰਾ ਸਟਰਕਚਰ ਕਿਵੇਂ ਆ, ਕਿੰਨੀਆਂ ਬ੍ਰਾਂਚਸ ਆ ਇਹਦੇ 'ਚ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੈ, ਇਹ ਡਾਇਰੈਕਟਰ ਹੈਲਥ ਸਰਵਿਸਿਜ਼ ਹੈ, ਇਹ DRME ਹੈ ਜੀ, ਇਹ ਆਪਣਾ ਜਿਹੜਾ ਹੈਗਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ, ਇਹ PSEX ਹੈ ਜੀ, ਮਤਲਬ ਸਾਡੀਆਂ ਬ੍ਰਾਂਚਸ, ਸਟੇਟ ਹੈਲਥ ਏਜੰਸੀ ਹੈ ਜੀ, ਬਹੁਤ ਸਾਰੀਆਂ ਬ੍ਰਾਂਚਸ ਆ। ਉਹਨਾਂ ਨੂੰ ਜਿਹੜੇ ਡਾਇਰੈਕਟਰ ਹੈ, ਚਾਹੇ ਉਹ ਡਾਇਰੈਕਟਰ ਹੈਲਥ ਸਰਵਿਸਿਜ਼ ਹੋਵੇ, ਫੈਮਿਲੀ ਵੈਲਫੇਅਰ ਹੋਵੇ, ਜਾਂ OESI ਦਾ ਹੋਵੇ, ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸਾਰਾ ਸਮਝਣ ਦਾ, ਫਿਰ ਉਹਨੇ ਰਿਫੋਰਮ ਲੈ ਕੇ ਆਉਣੇ ਆ। ਮੇਰੀ ਕੋਸ਼ਿਸ਼ ਤਾਂ ਹੈਗੀ ਉਹਨਾਂ ਕੋਲ ਘੱਟੋ ਘੱਟ 2 ਸਾਲ ਦਾ ਸਮਾਂ ਹੋਣਾ ਚਾਹੀਦਾ, ਅਸੀਂ ਉੱਧਰ ਨੂੰ ਮੂਵ ਕਰ ਰਹੇ ਹਾਂ ਜੀ ਐਡੀਸ਼ਨਲ ਡਾਇਰੈਕਟਰ ਦੀਆਂ ਪੋਸਟਾਂ, ਤਾਂ ਕਿ ਉਹ ਘੱਟੋ ਘੱਟ ਬੰਦਾ 6 ਮਹੀਨੇ ਸਾਲ ਉਹਨੇ ਐਜ਼ ਐਡੀਸ਼ਨਲ ਡਾਇਰੈਕਟਰ ਉਹ ਸਾਰਾ ਕੰਮ ਸਿੱਖਿਆ ਹੋਵੇ ਜਦੋਂ ਉਸ ਪੋਸਟ ਤੇ ਆਵੇ, ਤਾਂ ਇਹਦਾ ਹੱਲ ਹੋਵੇਗਾ ਜੀ। ਸਰ ਪ੍ਰਾਈਵੇਟ ਸਿਕਿਉਰਿਟੀ ਦੇ ਜ਼ਿਕਰ ਇੱਥੇ ਕੀਤਾ ਜਾ ਰਿਹਾ ਕਿ ਹਸਪੀਟਲ ਦੇ ਵਿੱਚ ਕੋਈ ਪ੍ਰਾਈਵੇਟ ਸਿਕਿਉਰਿਟੀਜ਼ ਵੀ ਹਾਇਰ ਕੀਤੀ? ਤੁਸੀਂ ਉਹਨੂੰ PGA ਦਾ ਤਰਜ਼ ਮੰਗੇ, ਦੇਖੋ ਤੁਸੀਂ ਉਹਨੂੰ ਪ੍ਰਾਈਵੇਟ ਕਹਿ ਲਓ, ਅਸੀਂ ਜਨਰਲੀ ਸਾਡੀ ਜਿਹੜੀ ਏਜੰਸੀ ਹੈ ਉਹ ਜਿਹੜੀ ਹੈਗੀ ਆ ਤੁਹਾਡੇ ਨਾ ਜੀ ਐਕਸ ਸਰਵਿਸਮੈਨ ਦੀ, ਉਹਦੇ ਥਰੂ ਅਸੀਂ ਕਰਦੇ ਹਾਂ। ਉਹਦੇ ਵਿੱਚ ਅਸੀਂ ਹਾਂ ਇੰਨਾ ਕੁ ਜ਼ਰੂਰ ਕੀਤਾ ਕਿ ਜਿਹੜੇ ਸਾਡੇ ਜਿਵੇਂ ਡਿਸਟ੍ਰਿਕਟ ਹਸਪਿਟਲ ਆ ਜਾਂ ਜ਼ਿਲ੍ਹੇ ਦੇ ਲੈਵਲ ਦੇ ਉੱਤੇ ਇੱਕ ਘੱਟੋ ਘੱਟ ਕਰਨਲ ਜਾਂ ਬ੍ਰਿਗੇਡੀਅਰ ਲੈਵਲ ਦੇ ਬੰਦੇ, ਜਿੱਥੇ ਮੈਡੀਕਲ ਕਾਲਜ ਵੀ ਆ, ਬ੍ਰਿਗੇਡੀਅਰ ਜਾਂ ਕਰਨਲ ਲੈਵਲ ਦਾ ਬੰਦਾ ਉਹਦਾ ਇੰਚਾਰਜ ਹੋਵੇ, ਅਤੇ ਜਿਹੜੇ ਉਹਨਾਂ ਨੇ ਬੰਦੇ ਰੱਖਣੇ ਆ ਉਹ ਫਿਜ਼ੀਕਲੀ ਫਿੱਟ ਹੋਣ ਅਤੇ ਐਕਟਿਵ ਹੋਣ। ਉਹ ਬਹੁਤ ਜ਼ਿਆਦਾ ਬੰਦਿਆਂ ਦੀ ਗਿਣਤੀ ਮੈਟਰ ਨਹੀਂ ਕਰਦੀ, ਜਿੰਨੀ ਉਹਨਾਂ ਦਾ ਫੁਰਤੀਲਾਪਨ ਔਰ ਉਹਨਾਂ ਦੀ ਜਿਹੜੀ ਹੈਗੀ ਆ ਉਹ, ਬਾਕੀ ਉਹ ਵਾਲੀਆਂ ਕੁਆਲਿਟੀਜ਼ 'ਤੇ ਵੀ ਅਸੀਂ ਜਿਹੜਾ ਪਹਿਲਾਂ ਨਹੀਂ ਕੰਸਨਟ੍ਰੇਟ ਕੀਤਾ, ਉਹ ਵਾਲੀਆਂ ਕੁਆਲਿਟੀਜ਼ 'ਤੇ ਵੀ ਅਸੀਂ ਕੰਸਨਟ੍ਰੇਟ